ਸ਼੍ਰੀ ਮੁਕਤਸਰ ਸਾਹਿਬ ਦੇ ਦੋਦਾ ਨੇੜਲੇ ਕੋਠੇ ਸੁਰਗਾਪੁਰੀ ਵਾਸੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੋਲੋਂ ਦੀ ਲੰਘਦੇ ਰਾਜਬਾਹੇ 'ਚ ਆਪਣੇ ਘਰਾਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੀ ਵਰਤੋਂ ਕਰੀਬ 10 ਪਿੰਡਾਂ ਦੇ ਲੋਕ ਪੀਣ ਲਈ ਕਰਦੇ ਹਨ, ਜਿਸ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ। ਪਿੰਡ ਚੱਕ ਗਿਲਜੇਵਾਲਾ ਵਾਸੀਆਂ ਵੱਲੋਂ ਅੱਜ ਇਕੱਠੇ ਹੋ ਕੇ ਇਸ ਸੰਬੰਧੀ ਰੋਸ ਪ੍ਰਗਟ ਕਰਦਿਆਂ ਸੰਬੰਧਿਤ ਵਿਭਾਗ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਮਾਨ, ਸੁਖਚੈਨ ਸਿੰਘ ਮਾਨ, ਚਰਨਜੀਤ ਮਾਨ, ਮਹਿਕਮ ਸਿੰਘ, ਮਹਿਮਾ ਸਿੰਘ ਸਰਪੰਚ ਆਦਿ ਨੇ ਦੱਸਿਆ ਕਿ ਇਸ ਰਾਜਬਾਹੇ 'ਚ ਕੋਠੇ ਸੁਰਗਾਪੁਰੇ ਦੇ ਕੁਝ ਘਰਾਂ ਵੱਲੋਂ ਬਹੁਤ ਹੀ ਦੂਸ਼ਿਤ ਪਾਣੀ ਰਾਜਬਾਹੇ 'ਚ ਪਾਇਆ ਜਾ ਰਿਹਾ ਹੈ। ਫਲੱਸ਼ਾਂ ਵਾਲਾ ਪਾਣੀ ਵੀ ਕੁਝ ਘਰ ਇਸ ਰਾਜਬਾਹੇ 'ਚ ਸ਼ਰੇਆਮ ਛੱਡ ਰਹੇ ਹਨ, ਅਤੇ ਇਸ ਤੋਂ ਇਲਾਵਾ ਪਸ਼ੂਆਂ ਦਾ ਗੋਹੇ ਵਾਲਾ ਗੰਦਾ ਪਾਣੀ, ਘਰੇਲੂ ਕੂੜਾ ਕਰਕਟ ਅਤੇ ਹੋਰ ਫਾਲਤੂ ਗੰਦਾ ਸਮਾਨ ਰਾਜਬਾਹੇ 'ਚ ਛੱਡ ਕੇ ਸਾਡੀ ਸਿਹਤ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਉੱਥੇ ਹੀ ਕਿਨਾਰਿਆਂ ਦੇ ਨਜਾਇਜ਼ ਕਬਜ਼ੇ ਕਰਕੇ ਰੂੜੀਆਂ ਲਾਈਆਂ ਹੋਈਆਂ ਹਨ, ਜਿਸ ਕਾਰਨ ਗੋਹਾ ਪਾਣੀ 'ਚ ਰੁੜਦਾ ਰਹਿੰਦਾ ਹੈ, ਜਿਸ ਨਾਲ ਸਾਨੂੰ ਗੰਭੀਰ ਬਿਮਾਰੀਆਂ ਹੋਣ ਦਾ ਖਦਸ਼ਾ ਹੈ। ਇਸ ਰਾਜਬਾਹੇ 'ਚ ਕਰੀਬ ਦਰਜਨ ਜਲ ਘਰਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਨੂੰ ਪਿੰਡ ਵਾਸੀ ਪੀਣ ਲਈ ਵਰਤੋਂ ਕਰਦੇ ਹਨ, ਪਰ ਇਸ ਪਾਣੀ ਨੂੰ ਜਾਣ ਬੁੱਝ ਕੇ ਦੂਸ਼ਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਵਾਸੀਆਂ ਨੂੰ ਅਸੀਂ ਬਹੁਤ ਵਾਰ ਸੂਚਿਤ ਕੀਤਾ ਹੈ ਕਿ ਉਹ ਇਹ ਗੰਦਾ ਪਾਣੀ ਨਾ ਛੱਡਣ, ਪਰ ਇਹ ਲੋਕ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਇਸ ਸੰਬੰਧੀ ਅਸੀਂ ਜਲ ਸਪਲਾਈ ਵਿਭਾਗ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਕਰ ਚੁੱਕੇ ਹਾਂ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਮੰਗ ਕੀਤੀ ਕਿ ਇਸ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾਵੇ ਅਤੇ ਪਾਣੀ ਦੂਸ਼ਿਤ ਕਰਨ ਵਾਲੇ ਲੋਕਾਂ ਖਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਕੋਠੇ ਸੁਰਗਾਪੁਰ ਦੇ ਸਰਪੰਚ ਬਿੱਕਰ ਸਿੰਘ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਕਹਿਣ 'ਤੇ ਵੀ ਪਾਣੀ ਛੱਡਣ ਤੋਂ ਨਹੀਂ ਰੋਕ ਰਹੇ। ਉੱਧਰ ਜਦ ਇਸ ਸੰਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ SCO ਅਮਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਇਸ ਸੰਬੰਧੀ ਪਿੰਡ ਵਾਸੀਆਂ ਨੇ ਸਾਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਅਤੇ ਇਸ ਦੀ ਰਿਪੋਰਟ ਸੰਬੰਧਿਤ ਸਿੰਚਾਈ ਵਿਭਾਗ ਨੂੰ ਬਣਾ ਕੇ ਦੇ ਦਿੱਤੀ ਹੈ। ਅਸੀਂ ਇਹ ਸੂਏ 'ਤੇ ਪਹੁੰਚੇ ਸੁਰਗਾਪੁਰੀ ਪਿੰਡ ਦੇ ਵਿੱਚ ਜੀ, ਜਿੱਥੇ ਫਲੱਸ਼ਾਂ ਦਾ ਗੰਦਾ ਪਾਣੀ ਪੈ ਰਿਹਾ। ਜੀ ਸਾਹਿਬ ਨੂੰ ਵਾਟਰ ਵਰਕਸ ਮਹਿਕਮਾ ਵੀ ਇੱਥੇ ਪਹੁੰਚਿਆ ਸੀਗਾ, ਉਹ ਵੀ ਇੱਥੇ ਵੇਖ ਕੇ ਗਏ ਆ, ਬੇਨਤੀ ਕਰਕੇ ਗਏ, ਪਿੰਡ ਵਾਲੇ ਨਹੀਂ ਹਟੇ। ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ, DC ਸਾਹਿਬ ਨੂੰ ਵੀ ਇਹ ਬੰਦ ਕੀਤਾ ਜਾਵੇ, ਕਾਰਵਾਈ ਕੀਤੀ ਜਾਵੇ। ਕਿੰਨੇ ਸਮੇਂ ਤੋਂ ਤੁਹਾਨੂੰ ਸਮੱਸਿਆ ਆ ਰਹੀ? 10 ਸਾਲਾਂ ਤੋਂ ਜੀ, ਘੱਟੋ ਘੱਟ। ਪ੍ਰਸ਼ਾਸਨ ਨੇ ਤੁਹਾਨੂੰ ਕੋਈ ਭਰੋਸਾ ਦਵਾਇਆ ਵੀ ਕੰਮ ਹੋਊ? ਦਵਾਇਆ ਜੀ, ਵਾਟਰ ਵਰਕਸ ਮਹਿਕਮੇ ਨੇ ਵੀ ਐਪਲੀਕੇਸ਼ਨ ਦਿੱਤੀ ਹੈ DC ਸਾਹਿਬ ਨੂੰ, ਅਜੇ ਕੋਈ ਕਾਰਵਾਈ ਨਹੀਂ ਹੋਈ। ਅਤੇ ਕਿੰਨੇ ਪਿੰਡਾਂ 'ਚ ਇਹ ਪਾਣੀ ਜਿਹੜਾ ਗੰਦਾ ਜਾਂਦਾ? ਘੱਟੋ ਘੱਟ 10 ਪਿੰਡਾਂ ਦੇ ਵਾਟਰ ਵਰਕਸਾਂ ਨੂੰ ਜਾਂਦਾ ਜੀ। ਮੇਰਾ ਨਾਂ ਜੀ ਮਹਿਕਮ ਸਿੰਘ, ਪਿੰਡ ਗਿਲਜੇਵਾਲਾ ਦਾ ਵਾਸੀ ਹਾਂ। ਅਸੀਂ ਇਸ ਪਿੰਡ ਸੁਰਗਾਪੁਰੀ ਵਿਖੇ ਆਏ ਹਾਂ, ਜੋ ਕਿ ਇਸ ਪਿੰਡ ਦਾ ਜਿੰਨਾ ਵੀ ਗੰਦ ਹੈ, ਲੈਟਰੀਨਾਂ ਦਾ, ਰੂੜੀਆਂ, ਕੱਪੜੇ ਧੋਣ ਵਾਲਾ ਪਾਣੀ, ਉਹ ਸਾਡੇ ਪਿੰਡ ਵਾਟਰ ਵਰਕਸ 'ਚ ਜਾ ਰਿਹਾ, ਜੋ ਕਿ ਅਸੀਂ 4-5 ਪਿੰਡ ਪਾਣੀ ਉਹ ਵਾਟਰ ਵਰਕਸ ਦਾ ਯੂਜ਼ ਕਰਦੇ ਹਾਂ, ਜੋ ਕਿ ਨਿਰਾ ਹੀ ਬਿਮਾਰੀ ਦਾ ਘਰ ਹੈ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ 'ਤੇ ਫੌਰਨ ਕਾਰਵਾਈ ਕੀਤੀ ਜਾਵੇ। ਜੀ ਪਿੰਡ ਚੱਕ ਗਿਲਜੇਵਾਲਾ, ਅਸੀਂ ਅੱਜ ਕੋਠੇ ਸੁਰਗਾਪੁਰੀ, ਜੋ ਪਿੰਡ ਵਿੱਚ ਸੂਆ ਲੰਘਦਾ, ਇਹਦਾ ਪਾਣੀ ਅੱਗੇ ਗਾਂਹ ਸਾਡੇ ਵਾਟਰ ਵਰਕਸ ਪੈਂਦਾ, ਉੱਥੇ ਆਏ ਹਾਂ। ਇਹਨਾਂ ਦਾ ਪਿੰਡ ਦਾ ਸਾਰਾ ਜਿੰਨਾ ਤਕਰੀਬਨ ਜ਼ਿਆਦਾਤਰ ਘਰਾਂ ਦਾ ਪਾਣੀ ਫਲੱਸ਼ਾਂ ਵਾਲਾ, ਰੂੜੀਆਂ ਦਾ ਗੰਦ, ਹੋਰ ਕੋਈ ਵੇਸਟੇਜ ਜੋ ਵੀ ਆ, ਉਹ ਸਾਰਾ ਸੂਏ ਵਿੱਚ ਸੁੱਟ ਦਿੰਦੇ ਆ, ਅਤੇ ਇਹ ਤੁਸੀਂ ਆਪ ਵੇਖ ਹੀ ਲਿਆ। ਬਾਕੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਇਹ ਜਿਹੜਾ ਪਾਣੀ, ਮਤਲਬ ਗੰਦਾ ਪਾਣੀ ਪੈਂਦਾ ਨਾ ਇਹਦੇ ਵਿੱਚ ਸੂਏ ਦੇ, 4 ਵਾਰੀ ਅਸੀਂ 10 ਮਿੰਟ ਵੀ ਕਰਵਾ ਚੁੱਕੇ ਹਾਂ ਜੋ ਪਹਿਲਾਂ, ਅਤੇ ਇਹ ਬੰਦ ਹੋਣਾ ਚਾਹੀਦਾ।
ਇਹ ਬੰਦ ਕਿਉਂ ਨਹੀਂ ਹੋ ਰਿਹਾ ਫਿਰ ਜੀ? ਇਹ ਕੀ ਕਹਿ ਸਕਦੇ ਹਾਂ ਜੀ, ਅਸੀਂ ਦੂਜਾ ਬਹੁਤ ਵਾਰੀ ਅਸੀਂ ਤਾਂ ਬੇਨਤੀ ਵੀ ਕਰੀ ਆ, ਮਿਹਨਤ ਵੀ ਕਰੀ ਆ ਵੀ ਭਾਈ ਇਹ ਤੁਸੀਂ ਆਪਦਾ ਰੋਕੋ ਪਾਣੀ। ਤੇ ਕਿਸੇ ਧਿਆਨ ਚਾਹੀਦਾ ਇਹ ਧਿਆਨ ਦਿੱਤਾ ਜੀ ਬਹੁਤ ਚਿਰ ਤੋਂ, ਉਦੋਂ ਦਾ ਹੀ ਹੁਕਮ ਦੇਈ ਜਾਂਦੇ ਨੇ। ਪ੍ਰਸ਼ਾਸਨ ਨੂੰ ਤੁਸੀਂ ਇਹਦੇ ਬਾਰੇ ਕੋਈ ਸੂਚਨਾ ਦਿੱਤੀ ਪੁਲਿਸ ਪ੍ਰਸ਼ਾਸਨ ਜਾਂ ਹੋਰ? ਨਹੀਂ ਜੀ, ਉਹਦੇ ਨਹੀਂ ਦਿੱਤੀ ਐਵੇਂ, ਕਿਉਂ ਅਸੀਂ ਜੀ ਉਠ ਮਾਰ ਗਏ ਪੰਚਾਇਤੀ ਤੌਰ ਤੇ। ਪੰਚਾਇਤੀ ਤੌਰ ਤੇ ਅਸੀਂ ਚਾਰ ਵਾਰੀ ਅਲੋਟਮੈਂਟ ਕਰਵਾ ਤੀ ਹੈ। ਹੁਣ ਤੁਸੀਂ ਕੀ ਨਿਰਣਾ ਲਿਆ, ਕੀ ਕਰਿਆ ਡਿਸੀਜਨ? ਨਹੀਂ ਕਰਿਆ ਜੀ। ਸੋਨੀ ਡੱਲਾ, ਬਿਊਰੋ ਚੀਫ ਮੁਕਤਸਰ, ਦਿਵਿਆ ਪੰਜਾਬ ਟੀਵੀ।